ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੇ ਨਾਲ ਬਲਵਿੰਦਰ ਸਿੰਘ ਅਤੇ ਲੈ ਕੇ ਹਾਜ਼ਰ ਹਾਂ ਹੁਣ ਤੱਕ ਦੀਆਂ ਸਾਰੀਆਂ ਵੱਡੀਆਂ ਖਬਰਾਂ ਅਤੇ ਅੱਜ ਵਾਪਰਨ ਵਾਲੀਆਂ ਅਹਿਮ ਸਰਗਰਮੀਆਂ ਵੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ 84 ਸਿੱਖ ਨਸਲਕੁਸ਼ੀ ਦੀ। ਕੇਂਦਰ ਸਰਕਾਰ ਵੱਲੋਂ 84 ਦੇ ਸਿੱਖ ਨਸਲਕੁਸ਼ੀ ਲਈ ਬਣਾਈ ਗਈ SIT ਨੇ 49 ਕੇਸਾਂ ਦੀ ਦੁਬਾਰਾ ਤੋਂ ਜਾਂਚ ਕੀਤੇ ਜਾਣ ਦਾ ਫੈਸਲਾ ਲਿਆ। ਇਸ ਗੱਲ ਦੀ ਜਾਣਕਾਰੀ ਰਾਜ ਸਭਾ ਵਿੱਚ ਗ੍ਰਹਿ ਰਾਜ ਮੰਤਰੀ ਹੰਸ ਰਾਜ ਗੰਗਾ ਰਾਮ ਅਹੀਰ ਨੇ ਦਿੱਤੀ ਹੈ। ਉਹਨਾਂ ਦੱਸਿਆ ਕਿ ਕੇਂਦਰ ਵੱਲੋਂ 12 ਫਰਵਰੀ 2015 ਨੂੰ SIT ਦਾ ਗਠਨ ਕੀਤਾ ਗਿਆ ਸੀ। ਦਿੱਲੀ ਵਿੱਚ 1984 ਦੌਰਾਨ ਦਰਜ ਹੋਏ 650 ਕੇਸਾਂ ਵਿੱਚੋਂ 49 ਕੇਸਾਂ ਦੀ SIT ਮੁੜ ਜਾਂਚ ਕਰੇਗੀ। ਤਾਂ 84 ਸਿੱਖ ਨਸਲਕੁਸ਼ੀ ਮਾਮਲੇ ਦੀ ਜਾਂਚ ਦੇ ਲਈ ਬਣੀ SIT ਨੇ 49 ਕੇਸ ਮੁੜ ਤੋਂ ਖੋਲ੍ਹਣ ਦਾ ਫੈਸਲਾ ਲਿਆ ਤਾਂ ਫਿਰ ਸਾਰੀਆਂ ਪਾਰਟੀਆਂ ਨੇ ਇਸ ਦਾ ਸਵਾਗਤ ਕੀਤਾ। ਨਾਲ ਹੀ ਇਸ 'ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਜਿੱਥੇ ਕਾਂਗਰਸ ਨੇ ਇਸ ਵਾਰ ਜਾਂਚ ਨੂੰ ਅੰਜਾਮ ਤੱਕ ਲੈ ਕੇ ਜਾਣ ਦੀ ਮੰਗ ਕੀਤੀ ਹੈ, ਉੱਥੇ ਹੀ ਆਮ ਆਦਮੀ ਪਾਰਟੀ ਨੇ ਇਸ ਫੈਸਲੇ ਦੀ ਟਾਈਮਿੰਗ 'ਤੇ ਸਵਾਲ ਚੱਕੇ ਨੇ। ਕੇਂਦਰ ਸਰਕਾਰ ਵੱਲੋਂ 1984 ਨਸਲਕੁਸ਼ੀ ਮਾਮਲੇ ਦੀ ਜਾਂਚ ਦੇ ਲਈ ਬਣੀ SIT ਨੇ 49 ਮਾਮਲੇ ਖੋਲ੍ਹਣ ਦਾ ਐਲਾਨ ਕੀਤਾ ਤਾਂ ਪੰਜਾਬ ਵਿੱਚ ਸਾਰੇ ਸਿਆਸੀ ਦਲਾਂ ਨੇ SIT ਅਤੇ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ। ਨਾਲ ਹੀ ਵਿਰੋਧੀ ਧਿਰਾਂ ਵੱਲੋਂ ਦੇਰੀ ਨੂੰ ਲੈ ਕੇ ਕੁਝ ਨਾਰਾਜ਼ਗੀ ਵੀ ਦੇਖਣ ਨੂੰ ਮਿਲੀ, ਪਰ ਸਾਰਿਆਂ ਨੇ ਉਮੀਦ ਵੀ ਜਤਾਈ ਕਿ SIT ਇਸ ਮਾਮਲੇ ਨੂੰ ਅੰਜਾਮ ਤੱਕ ਲੈ ਜਾਏ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਾ ਜਾਏ। ਕਾਂਗਰਸ ਦਾ ਕਹਿਣਾ ਹੈ ਕਿ ਜਾਂਚ ਦੇ ਨਤੀਜਿਆਂ ਵਿੱਚ ਲੋਕਾਂ ਨੂੰ ਪਤਾ ਚੱਲਣਾ ਚਾਹੀਦਾ ਹੈ ਕਿ ਕੌਣ ਦੋਸ਼ੀ ਹੈ। ਗੱਲ ਇਹ ਹੈ ਵੀ ਲੋਕਾਂ ਨੂੰ ਇਨਵੈਸਟੀਗੇਸ਼ਨ 'ਤੇ ਭਰੋਸਾ ਰਹਿਣਾ ਚਾਹੀਦਾ ਵੈ। ਇਨਵੈਸਟੀਗੇਸ਼ਨ ਇਸ ਤਰ੍ਹਾਂ ਹੋਣੀਆਂ ਚਾਹੀਦੀਆਂ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਵੀ ਕੌਣ ਗਿਲਟੀ ਹੈਗਾ ਵੈ, ਜਿਹੜਾ ਵੀ ਗਿਲਟੀ ਹੈ ਉਹ ਬਖਸ਼ਿਆ ਨਹੀਂ ਜਾਵੇ। ਉਧਰ ਆਮ ਆਦਮੀ ਪਾਰਟੀ ਨੇ ਵੀ ਫੈਸਲੇ ਦਾ ਸਵਾਗਤ ਕੀਤਾ, ਨਾਲ ਹੀ ਪੰਜਾਬ ਵਿੱਚ ਚੋਣਾਂ ਦੇ ਨਜ਼ਦੀਕ ਫੈਸਲਾ ਲਏ ਜਾਣ ਨੂੰ ਲੈ ਕੇ ਕੁਝ ਸਵਾਲ ਵੀ ਖੜੇ ਕੀਤੇ ਅਤੇ ਜਾਂਚ ਪੂਰੀ ਕਰ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ। ਔਰ ਅਕਾਲੀ BJP ਸਰਕਾਰ, NDA ਸਰਕਾਰ ਜਿਹੜੀ ਸੈਂਟਰ ਦੀ ਹੈ, ਹੁਣ ਵੀ ਇਹਦੇ ਉੱਪਰ ਸਿਆਸਤ ਕਰ ਰਹੀ ਹੈ। ਉਹਨਾਂ ਨੂੰ ਪਤਾ ਹੈ ਕਿ ਹੁਣ ਪੰਜਾਬ ਦੇ ਚੁਣਾਵ ਆ ਰਹੇ ਹੈ। ਹਾਵੇਵਰ, ਅਸੀਂ ਇਹ ਵੀ ਵੈਲਕਮ ਕਰਦੇ ਕਿ ਐਟਲੀਸਟ ਇੱਕ ਤਾਂ ਕਦਮ ਲਿਆ, ਕੁਛ ਤਾਂ ਕਦਮ ਲਿਆ, ਬਟ ਸਾਨੂੰ ਸਾਡੀ ਇਹ ਉਮੀਦ ਰਹੇਗੀ ਕਿ ਜੇ ਤੁਸੀਂ ਪਹਿਲਾ ਕਦਮ 1.5 ਸਾਲ ਦੀ ਦੇਰੀ ਤੋਂ ਬਾਅਦ ਲਿਆ, ਐਟਲੀਸਟ ਉਹਨੂੰ ਕਿਤੇ ਸਿਰੇ ਚੜਾਓ, ਲੋਕਾਂ ਨੂੰ ਇਨਸਾਫ ਦਿਲਾਓ। ਇਸ ਤੋਂ ਇਲਾਵਾ ਅਕਾਲੀ ਅਤੇ BJP ਆਗੂਆਂ ਨੇ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਬਿਹਤਰ ਫੈਸਲਾ ਕਰਾਰ ਦਿੱਤਾ। ਉੱਥੇ ਅਕਾਲੀ ਦਲ ਨੇ 1984 ਨਸਲਕੁਸ਼ੀ ਦੇ ਲਈ ਕਾਂਗਰਸ ਦੇ ਨਿਸ਼ਾਨਾ ਲਾਉਂਦੇ ਹੋਏ ਇੱਕ ਵਾਰ ਫੇਰ ਇਸ ਵਾਰ ਦੋਸ਼ੀਆਂ ਨੂੰ ਅੰਜਾਮ ਤੱਕ ਪਹੁੰਚਾਉਣ ਦੀ ਗੱਲ ਕਹੀ। ਇਹ ਲੜਾਈ ਜਿਹੜੀ ਮੁਕਾਮ ਤੱਕ ਨਹੀਂ ਪਹੁੰਚ ਜਾਂਦੀ, ਇੱਕ ਇੱਕ ਦੋਸ਼ੀ ਨੂੰ ਸਜ਼ਾ ਨਹੀਂ ਮਿਲ ਜਾਂਦੀ ਤਦ ਤੱਕ ਅਸੀਂ ਇਹ ਜਿਹੜਾ ਸੰਘਰਸ਼ ਆ ਉਹ ਜਾਰੀ ਰੱਖਾਂਗੇ। ਸੋ ਇਸ ਸਟੈਪ ਦਾ ਅਸੀਂ ਵੈਲਕਮ ਵੀ ਕਰਦੇ ਹਾਂ, ਧੰਨਵਾਦ ਵੀ ਕਰਦੇ ਹਾਂ। SIT ਦੇ 49 ਮਾਮਲੇ ਫਿਰ ਤੋਂ ਖੋਲ੍ਹਣ ਦੇ ਇਸ ਫੈਸਲੇ ਨਾਲ ਪੰਜਾਬ ਦੀ ਸਿਆਸੀ ਫਿਜ਼ਾ ਵਿੱਚ ਗਰਮਾਹਟ ਪੈਦਾ ਹੋ ਗਈ ਹੈ। ਵਿਰੋਧੀ ਧਿਰ ਫੈਸਲੇ ਦਾ ਸਵਾਗਤ ਤਾਂ ਕਰ ਰਹੇ ਨੇ, ਪਰ ਫੈਸਲੇ ਲਏ ਜਾਣ ਦੀ ਟਾਈਮਿੰਗ 'ਤੇ ਵੀ ਸਵਾਲ ਖੜੇ ਕਰਦੇ ਦਿਖਾਈ ਦੇ ਰਹੇ ਨੇ। ਚੰਡੀਗੜ੍ਹ ਤੋਂ ਨੇਹਾ ਸ਼ਰਮਾ ਦੇ ਨਾਲ ਨਿਊਜ਼ ਡੈਸਕ ਰਿਪੋਰਟ, ਜ਼ੀ ਮੀਡੀਆ। ਤਾਂ ਤੁਹਾਨੂੰ ਦੱਸ ਦੇ ਕਿ ਕੁਝ ਕੱਲ੍ਹ ਪਾਰਲੀਮੈਂਟ ਵਿੱਚ ਕਿਹਾ ਗਿਆ। ਜਿਹੜੀ ਰਾਜ ਸਭਾ ਦੇ ਵਿੱਚ ਜਾਣਕਾਰੀ ਦਿੱਤੀ ਗਈ ਗ੍ਰਹਿ ਰਾਜ ਮੰਤਰੀ ਹੰਸ ਰਾਜ ਗੰਗਾ ਰਾਮ ਅਹੀਰ ਵੱਲੋਂ, ਉਹਨਾਂ ਦੱਸਿਆ ਕਿ ਕੇਂਦਰ ਵੱਲੋਂ 12 ਫਰਵਰੀ 2015 ਨੂੰ SIT ਬਣਾਈ ਗਈ ਸੀ ਅਤੇ ਦਿੱਲੀ ਵਿੱਚ 84 ਦੌਰਾਨ ਦਰਜ ਹੋਏ 650 ਕੇਸਾਂ ਵਿੱਚੋਂ SIT 49 ਦੀ ਮੁੜ ਤੋਂ ਜਾਂਚ ਕਰੇਗੀ। SIT ਨੇ 49 ਕੇਸਾਂ ਦੀ ਦੁਬਾਰਾ ਤੋਂ ਜਾਂਚ ਕੀਤੇ ਜਾਣ ਦਾ ਫੈਸਲਾ ਲਿਆ। ਇਸ ਗੱਲ ਦੀ ਜਾਣਕਾਰੀ ਰਾਜ ਸਭਾ 'ਚ ਗ੍ਰਹਿ ਰਾਜ ਮੰਤਰੀ ਹੰਸ ਰਾਜ ਗੰਗਾ ਰਾਮ ਵੱਲੋਂ ਦਿੱਤੀ ਗਈ। ਅਕਾਲੀ ਦਲ ਨੇ ਇਸ ਦਾ ਸਵਾਗਤ ਕੀਤਾ ਅਤੇ ਉਮੀਦ ਜਤਾਈ ਹੈ ਦੁਬਾਰਾ ਕੇਸ ਖੁੱਲ੍ਹਣ ਨਾਲ ਪੀੜਤਾਂ ਨੂੰ ਇਨਸਾਫ ਜ਼ਰੂਰ ਮਿਲੇਗਾ। ਮੋਦੀ ਸਾਹਿਬ ਦੀ ਸਰਕਾਰ ਨੇ ਬਣਦਿਆਂ ਹੀ ਜੋ ਸਿੱਟ ਬਿਠਾਈ ਔਰ ਸਿੱਟ ਨੇ ਅਮਲ ਕਰ ਸ਼ੁਰੂ ਕੀਤਾ ਔਰ 49 ਕੇਸ ਜਿਹੜੇ ਨੇ ਖੋਲ੍ਹੇ ਨੇ ਔਰ ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਬਣਾਉਣ ਲਈ ਰਾਹ ਬਣਾਇਆ। ਔਰ ਮੈਂ ਸਮਝਦਾ ਇਹ ਦਿਨ ਦੂਰ ਨਹੀਂ ਜਦੋਂ ਉਹ ਕਟਹਿਰੇ ਵਿੱਚ ਖੜਨਗੇ ਅਤੇ ਉਹਨਾਂ ਨੂੰ ਕੋਈ ਨਾ ਕੋਈ ਢੁਕਵੀਂ ਸਜ਼ਾ ਮਿਲੇਗੀ। ਕੇਂਦਰ ਵੱਲੋਂ 12 ਫਰਵਰੀ 2015 ਨੂੰ SIT ਦਾ ਗਠਨ ਕੀਤਾ ਗਿਆ ਸੀ। ਦਿੱਲੀ ਵਿੱਚ 1984 ਦੌਰਾਨ ਦਰਜ ਹੋਏ 650 ਕੇਸਾਂ ਵਿੱਚੋਂ ਦੀ SIT 49 ਕੇਸਾਂ ਦੀ ਮੁੜ ਜਾਂਚ ਕਰੇਗੀ। SIT ਨੂੰ ਲੈ ਕੇ ਹਾਲਾਂਕਿ ਕੇਂਦਰ ਅਤੇ ਦਿੱਲੀ ਸਰਕਾਰ ਵਿੱਚ ਸਿਆਸੀ ਖਿੱਚੋਤਾਣ ਵੀ ਦੇਖਣ ਨੂੰ ਮਿਲੀ ਹੈ। ਦਿੱਲੀ ਸਰਕਾਰ ਦਾ ਇਲਜ਼ਾਮ ਸੀ ਕਿ 1.5 ਸਾਲ ਤੱਕ ਕਮੇਟੀ ਬਣਨ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ। ਪੰਕਜ ਕਪਾਹੀ, ਜ਼ੀ ਮੀਡੀਆ, ਦਿੱਲੀ।
ਅੱਗੇ ਵੱਧਦੇ ਹਾਂ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਵਿੱਚ ਹੋਈ ਬਗਾਵਤ ਦੀ। ਆਮ ਆਦਮੀ ਪਾਰਟੀ ਦੇ ਆਗੂ ਹਰਦੀਪ ਸਿੰਘ ਕਿੰਗਰਾ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਕਿੰਗਰਾ ਨੇ ਕਿਹਾ ਕਿ ਪੰਜਾਬੀਆਂ ਦੀ ਪਾਰਟੀ ਵਿੱਚ ਕੋਈ ਇੱਜ਼ਤ ਨਹੀਂ ਹੈ। ਕਿੰਗਰਾ ਨੇ ਦੁਰਗੇਸ਼ ਪਾਠਕ 'ਤੇ ਵੀ ਗੰਭੀਰ ਇਲਜ਼ਾਮ ਲਾਏ ਨੇ। ਪੰਜਾਬ ਸਿਆਸੀ ਮਾਹੌਲ 'ਚੋਂ ਗੁਜ਼ਰਿਆ, ਰੋਜ਼ ਹੀ ਸਿਆਸਤ ਦੇ ਅਖਾੜੇ ਵਿੱਚ ਕਈ ਖੁਲਾਸੇ ਹੋ ਰਹੇ ਨੇ, ਸਿਆਸੀ ਪਟਾਕੇ ਪੈ ਰਹੇ ਨੇ, ਅਤੇ ਜੋ ਪਟਾਕਾ ਸਿਆਸੀ ਹੁਣ ਪਿਆ ਉਹਦੇ ਨਾਲ ਆਮ ਆਦਮੀ ਪਾਰਟੀ 'ਚ ਇੱਕ ਵਾਰ ਫਿਰ ਇਹ ਭਾਂਬੜ ਦਾ ਰੂਪ ਲੈ ਚੁੱਕਿਆ। ਅੱਜ ਕੀ ਗੱਲ ਹੋ ਗਈ, ਇੰਨੀ ਆਮ ਆਦਮੀ ਪਾਰਟੀ ਪ੍ਰਤੀ ਨਫ਼ਰਤ? ਜਿਹੜੇ ਉਹਨਾਂ ਦੇ ਮੋਹਰੀ ਨੇ ਅਰਵਿੰਦ ਕੇਜਰੀਵਾਲ ਹੋਏ ਨੇ ਜਾਂ ਸੁੱਚਾ ਸਿੰਘ ਛੋਟੇਪੁਰ ਹੋਏ ਜਾਂ ਦੁਰਗੇਸ਼ ਪਾਠਕ, ਐਡੀ ਛੇਤੀ ਇਹਨਾਂ ਲੋਕਾਂ ਤੋਂ ਮੋਹ ਭੱਗ ਹੋ ਗਿਆ ਕਿ ਜਾਂ ਫਿਰ ਆਮ ਆਦਮੀ ਪਾਰਟੀ ਤੋਂ? ਮੇਰੀ ਪਤਨੀ ਨੇ ਆਮ ਆਦਮੀ ਪਾਰਟੀ ਮੇਰੇ ਸਰਵਿਸ 'ਚ ਰਹਿੰਦੇ ਹੀ ਜੁਆਇਨ ਕਰ ਲਈ ਸੀ। ਬੜਾ ਸਤਿਕਾਰ ਮਾਣ ਕਰਦੇ ਸੀ ਅਰਵਿੰਦ ਕੇਜਰੀਵਾਲ ਦਾ, ਬੜਾ ਸਤਿਕਾਰ ਮਾਣ ਸੀ ਸਾਡੇ ਮਨ ਦੇ ਵਿੱਚ ਆਮ ਆਦਮੀ ਪਾਰਟੀ ਦਾ। ਲੇਕਿਨ ਜਦੋਂ ਮੈਂ ਇੱਥੇ ਆ ਕੇ ਅੰਦਰੋਂ ਵੇਖਿਆ, ਸਰਦਾਰ ਸੁੱਚਾ ਸਿੰਘ ਛੋਟੇਪੁਰ ਨੂੰ ਕਨਵੀਨਰ ਲਾਇਆ, ਅਸੀਂ ਦੋ ਜਿਮਨੀ ਚੋਣਾਂ ਲੜੀਆਂ ਜਿਹਦੇ ਵਿੱਚ ਬਹੁਤ ਅਣਥੱਕ ਮਿਹਨਤ ਕੀਤੀ ਸਰਦਾਰ ਸੁੱਚਾ ਸਿੰਘ ਛੋਟੇਪੁਰ ਨੇ। ਸਰਦਾਰ ਸੁੱਚਾ ਸਿੰਘ ਛੋਟੇਪੁਰ ਨੂੰ ਜਦੋਂ ਕਨਵੀਨਰ ਲਾਇਆ, ਅਸੀਂ ਬੀੜਾ ਚੱਕ ਲਿਆ ਪਾਰਟੀ ਦਾ। ਅਸੀਂ ਸਵੇਰੇ 4 ਵਜੇ ਨਿਕਲਣਾ ਅਤੇ 11-11 ਵਜੇ ਸੌਣਾ, ਕਈ ਵਾਰੀ ਤਾਂ 5-5 ਦਿਨ ਇੱਕੋ ਕੱਪੜਿਆਂ 'ਚ ਅਸੀਂ ਕੱਟੇ ਦਿੱਲੀ ਦੇ ਵਿੱਚ। ਦਿੱਲੀ ਸਰਕਾਰ ਦੇ ਵਿੱਚ ਜਿਹੜੀ ਜਿੱਤ ਹੋਈ ਹੈ ਉਹ ਮੈਨੂੰ ਪੁੱਛੋ ਜਾਂ ਸੁੱਚਾ ਸਿੰਘ ਛੋਟੇਪੁਰ ਨੂੰ ਪੁੱਛੋ ਜਾਂ ਹਰਵਿੰਦਰ ਸਿੰਘ ਫੂਲਕਾ ਨੂੰ ਪੁੱਛੋ, ਸਾਡੀਆਂ ਗੱਲਾਂ ਸੀ ਉੱਥੇ। ਦੁਰਗੇਸ਼ ਪਾਠਕ ਨੇ ਮੈਨੂੰ ਬੁਲਾ ਕੇ ਦਿੱਲੀ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਦਾ ਸਾਥ ਛੱਡ ਦੇ, ਜੋ ਚਾਹਵੇਂਗਾ ਤੈਨੂੰ ਉਹ ਦੇਵਾਂਗੇ, ਵਰਨਾ ਤੈਨੂੰ ਕੱਖ ਨਹੀਂ ਦੇਣਾ ਪਾਰਟੀ 'ਚ ਅਸੀਂ। ਮੈਂ ਇਹ ਗੱਲ ਸੰਜੇ ਸਿੰਘ ਦੇ ਗਿਆਨ 'ਚ ਵੀ ਲਿਆਂਦੀ, ਮੈਂ ਇਹ ਗੱਲ ਅਰਵਿੰਦ ਕੇਜਰੀਵਾਲ ਦੇ ਗਿਆਨ 'ਚ ਵੀ ਲਿਆਂਦੀ, ਉਹਨਾਂ 'ਤੇ ਜੂ ਨਹੀਂ ਸਰਕੀ। ਦੁਰਗੇਸ਼ ਪਾਠਕ ਨੇ ਦੇ ਬੰਦਿਆਂ ਨੇ ਇੱਥੇ ਉਦੋਂ ਵੀ ਮਾੜੇ ਸ਼ਬਦ ਇਸਤੇਮਾਲ ਕੀਤੇ, ਅਸੀਂ ਇਹ ਦੱਸ ਨਹੀਂ ਸਕਦੇ। ਇਹ ਸਾਡੀ ਇੱਕ ਪੇਸ਼ ਨਹੀਂ ਜਾਣ ਦਿੱਤੀ। ਦੁਰਗੇਸ਼ ਪਾਠਕ ਕਹਿੰਦਾ ਮੈਂ ਚਣਕੀਆਂ ਚਣਕੀਆ, ਮੈਂ ਸਿਵਲ ਸਰਵਿਸ ਦੀ ਤਿਆਰੀ ਕਰਦਾ ਸੀ, ਮੈਂ ਮਸੀਹਾ ਪੰਜਾਬ ਦੇ ਵਿੱਚ, ਮੈਨੂੰ ਪਰਮਾਤਮਾ ਨੇ ਭੇਜਿਆ ਇੱਥੇ। ਮੈਨੂੰ ਵਿਸ਼ਵਾਸ ਨਹੀਂ ਆਇਆ ਕਿ ਇਹੋ ਜਿਹੀਆਂ ਗੱਲਾਂ ਕਰਨ ਵਾਲੇ ਬੰਦੇ ਨੂੰ ਅਰਵਿੰਦ ਕੇਜਰੀਵਾਲ ਇੱਥੇ ਕਿਵੇਂ ਭੇਜ ਸਕਦਾ ਹੈ। ਮੈਨੂੰ ਡਰ ਲੱਗਣ ਲੱਗ ਗਿਆ ਕਿ ਇਹ ਇਨਸਾਨ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਵੀ ਖਤਮ ਕਰ ਦੇਵੇਗਾ। ਅੱਗੇ ਵੱਧਦੇ ਹਾਂ, ਗੱਲ ਕਰਦੇ ਹਾਂ ਅਕਾਲੀ ਦਲ ਦੀ। ਅਕਾਲੀ ਦਲ ਨੇ 2017 ਦੀਆਂ ਉੱਤਰ ਪ੍ਰਦੇਸ਼ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ। ਅਕਾਲੀ ਦਲ ਦਾ ਕਹਿਣਾ ਹੈ ਕਿ ਯੂਪੀ ਵਿੱਚ ਬੀਜੇਪੀ ਦੇ ਨਾਲ ਗੱਠਜੋੜ ਦੇ ਰਾਹ ਖੁੱਲ੍ਹੇ ਨੇ, ਪਰ ਜੇਕਰ ਸੀਟਾਂ ਦੀ ਵੰਡ 'ਤੇ ਸਹਿਮਤੀ ਨਾ ਹੋਈ ਤਾਂ ਉਹ ਇਕੱਲੇ ਵੀ ਮੈਦਾਨ 'ਚ ਉੱਤਰ ਸਕਦੇ ਨੇ। ਉੱਧਰ ਵਿਰੋਧੀ ਧਿਰ ਅਕਾਲੀ ਦਲ 'ਤੇ ਤੰਜ ਕੱਸ ਰਹੇ ਨੇ। 2017 ਵਿੱਚ ਅਕਾਲੀ ਦਲ ਦੋ ਮੋਰਚਿਆਂ 'ਤੇ ਸਿਆਸੀ ਜੰਗ ਲੜਨ ਦੀ ਤਿਆਰੀ ਕਰ ਰਿਹਾ ਹੈ। ਪੰਜਾਬ ਤੋਂ ਬਾਹਰ ਦਿੱਲੀ ਹਰਿਆਣਾ ਤੋਂ ਬਾਅਦ ਹੁਣ ਅਕਾਲੀ ਦਲ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਲੜਨ ਜਾ ਰਿਹਾ। ਅਕਾਲੀ ਦਲ ਮੁਤਾਬਕ ਉੱਤਰ ਪ੍ਰਦੇਸ਼ ਦੀਆਂ 30 ਅਜਿਹੀਆਂ ਸੀਟਾਂ ਨੇ ਜਿੱਥੇ ਸਿੱਖ ਅਤੇ ਪੰਜਾਬੀ ਵਸੋਂ ਕਾਫੀ ਹੈ ਅਤੇ ਉਹ ਇਹਨਾਂ ਸੀਟਾਂ 'ਤੇ ਆਪਣੇ ਉਮੀਦਵਾਰ ਮੈਦਾਨ 'ਚ ਉਤਾਰ ਸਕਦੇ ਨੇ। ਉੱਧਰ ਅਕਾਲੀ ਦਲ ਬੀਜੇਪੀ ਨਾਲ ਗੱਠਜੋੜ ਕਰਕੇ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇਗਾ ਜਾਂ ਫਿਰ ਇਕੱਲੇ, ਇਸ 'ਤੇ ਪਾਰਟੀ ਵਿਚਾਰ ਕਰ ਰਹੀ ਹੈ। ਅਕਾਲੀ ਦਲ ਦਾ ਕਹਿਣਾ ਕਿ ਜੇਕਰ ਬੀਜੇਪੀ ਨਾਲ ਸੀਟਾਂ ਨੂੰ ਲੈ ਕੇ ਸਹਿਮਤੀ ਨਹੀਂ ਹੋਈ ਤਾਂ ਇਕੱਲੇ ਵੀ ਉਮੀਦਵਾਰ ਮੈਦਾਨ ਵਿੱਚ ਉਤਾਰੇ ਜਾ ਸਕਦੇ ਨੇ। ਉੱਧਰ ਬੀਜੇਪੀ ਦਾ ਕਹਿਣਾ ਕਿ ਯੂਪੀ ਵਿੱਚ ਗੱਠਜੋੜ ਦਾ ਫੈਸਲਾ ਹਾਈਕਮਾਨ ਕਰੇਗੀ, ਜਦਕਿ ਕਾਂਗਰਸ ਅਕਾਲੀ ਦਲ 'ਤੇ ਤੰਜ ਕੱਸ ਰਹੀ ਹੈ। ਸੀਟਾਂ ਦੀ ਐਡਜਸਟਮੈਂਟ ਹੋਊਗੀ, ਸਾਨੂੰ ਕੋਈ ਨਹੀਂ ਸੀ ਮਤ ਕਰਾਂਗੇ, ਨਹੀਂ ਹੋਊਗਾ ਤਾਂ ਅਸੀਂ ਆਪਦੀਆਂ ਸੀਟਾਂ 'ਤੇ ਲੜਾਂਗੇ ਇਕੱਲੀਆਂ 'ਤੇ, ਬਾਕੀ 'ਤੇ ਅਸੀਂ ਨਹੀਂ ਬੀਜੇਪੀ ਦੇ ਮੁਖਾਲਫਤ ਕਰਦੇ ਕਿਤੇ ਵੀ। ਆਪਦੀਆਂ ਸੀਟਾਂ ਅਸੀਂ ਲੜਾਂਗੇ ਜਿੱਥੇ ਅਸੀਂ ਜਿੱਤ ਸਕਦੇ ਹੋਏ, ਜ਼ਰੂਰ ਸਾਡੀ ਕੋਸ਼ਿਸ਼ ਹੋਏਗੀ। ਪਾਰਟੀ ਦਾ ਫੈਸਲਾ ਤਾਂ ਹੈ ਚੋਣਾਂ ਲੜਨ ਦਾ, ਵਾਰੀ ਵੀ ਅਲੱਗ ਲੜੇ ਸੀ, ਸੋ ਇਸ ਕਰਕੇ ਉਹ ਅਲੱਗ ਤਰ੍ਹਾਂ ਦੀ ਪ੍ਰਸਥਿਤੀਆਂ, ਔਰ ਇਹਦੇ ਲਈ ਡਿਸੀਜਨ ਲੈਣ ਦਾ ਜਿਹੜਾ ਅਧਿਕਾਰ ਖੇਤਰ ਮੈਂ ਫਿਰ ਕਹਾਂਗਾ ਉਹ ਕੇਂਦਰ ਦਾ। ਇੱਥੋਂ ਤਾਂ ਬੋਰੀਆ ਬਿਸਤਰ ਗੋਲ ਹੋਣ ਲੱਗਿਆ, ਸੋ ਦੇ ਆਰ ਮੇਕਿੰਗ ਆਲਟਰਨੇਟ ਅਰੇਂਜਮੈਂਟਸ, ਉੱਥੇ ਜਾ ਕੇ ਯੂਪੀ 'ਚ ਜਾ ਕੇ ਕੈਂਪ ਆਫਿਸ ਉੱਥੇ ਲਾਇਆ ਕਰਨਗੇ। ਸੋ ਆਈ ਥਿੰਕ ਪੰਜਾਬ ਦੇ ਵਿੱਚ ਤਾਂ ਜਿਸ ਕਿਸਮ ਦੇ ਨਾਲ ਹਰੇਕ ਵਰਗ ਦੀ ਦੁਰਗਤੀ ਹੋਈ ਹੈ, ਚਾਹੇ ਉਹ ਵਪਾਰੀ ਵਰਗ ਹੈ, ਚਾਹੇ ਸ਼ਹਿਰੀ ਵਰਗ ਹੈ, ਚਾਹੇ ਕਿਸਾਨ ਭਰਾ ਹੈ। ਦਿੱਲੀ, ਪੰਜਾਬ ਅਤੇ ਕੇਂਦਰ ਵਿੱਚ ਅਕਾਲੀ ਦਲ ਦਾ ਗੱਠਜੋੜ, ਜਾਂ ਕਿ ਹਰਿਆਣਾ ਵਿੱਚ ਅਕਾਲੀ ਦਲ ਦਾ ਗੱਠਜੋੜ INLD ਨਾਲ ਸੀ। ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ INLD ਨਾਲ ਗੱਠਜੋੜ ਨੂੰ ਲੈ ਕੇ ਦੋਵੇਂ ਪਾਰਟੀਆਂ ਦੇ ਵਿਚਾਲੇ ਤਲਖੀ ਵੀ ਆ ਗਈ ਸੀ। ਯੂਪੀ ਵਿੱਚ ਬੀਜੇਪੀ ਪਿਛਲੇ 1.5 ਦਹਾਕੇ ਤੋਂ ਵਜ਼ਾਰਤ ਤੋਂ ਬਾਹਰ ਹੈ। ਅਜਿਹੇ ਵਿੱਚ ਯੂਪੀ ਵਿੱਚ ਅਕਾਲੀ ਦਲ ਅਤੇ ਬੀਜੇਪੀ ਕਿਸ ਰਣਨੀਤੀ ਨਾਲ ਮੈਦਾਨ ਵਿੱਚ ਉਤਰਨਗੇ, ਇਸ 'ਤੇ ਸਭ ਦੀਆਂ ਨਜ਼ਰਾਂ ਰਹਿਣਗੀਆਂ। ਜਗਤਾਰ ਭੁੱਲਰ, ਜ਼ੀ ਮੀਡੀਆ, ਚੰਡੀਗੜ੍ਹ। ਹੁਣ ਗੱਲ ਕਰਦੇ ਹਾਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੀ, ਜਿਨ੍ਹਾਂ ਦੇ ਵੀਡੀਓਗ੍ਰਾਫੀ ਵਿਵਾਦ ਦੇ ਵਿੱਚ ਜਾਂਚ ਦੇ ਲਈ ਬਣਾਈ ਗਈ ਕਮੇਟੀ ਨੂੰ 2 ਹਫ਼ਤੇ ਦਾ ਹੋਰ ਵਕਤ ਦਿੱਤਾ ਗਿਆ। 9 ਮੈਂਬਰੀ ਕਮੇਟੀ ਨੇ ਸਪੀਕਰ ਨੂੰ ਕਿਹਾ ਕਿ ਮਾਮਲਾ ਸੁਰੱਖਿਆ ਨਾਲ ਜੁੜਿਆ ਹੋਇਆ, ਇਸ ਕਰਕੇ ਉਹਨਾਂ ਨੂੰ ਜਾਂਚ ਲਈ ਹੋਰ ਵਕਤ ਚਾਹੀਦਾ। ਭਗਵੰਤ ਵੀਡੀਓਗ੍ਰਾਫੀ ਮਾਮਲੇ ਵਿੱਚ ਬਣਾਈ ਗਈ 9 ਮੈਂਬਰੀ ਕਮੇਟੀ ਨੇ ਮਾਮਲੇ ਦੀ ਜਾਂਚ ਲਈ ਹੋਰ ਸਮਾਂ ਮੰਗਿਆ ਹੈ, ਜਿਸ ਨੂੰ ਸਪੀਕਰ ਸੁਮਿਤਰਾ ਮਹਾਜਨ ਨੇ ਮਨਜ਼ੂਰ ਕਰ ਲਿਆ ਅਤੇ ਕਮੇਟੀ ਨੂੰ ਆਪਣੀ ਰਿਪੋਰਟ ਦੇਣ ਦੇ ਲਈ 2 ਹਫ਼ਤੇ ਦਾ ਹੋਰ ਸਮਾਂ ਦਿੱਤਾ। ਅਤੇ ਨਾਲ ਹੀ ਸਪੀਕਰ ਸੁਮਿਤਰਾ ਮਹਾਜਨ ਨੇ ਭਗਵੰਤ ਮਾਨ ਨੂੰ ਸਲਾਹ ਦਿੱਤੀ ਕਿ ਉਹ ਜਦੋਂ ਤੱਕ ਜਾਂਚ ਪੂਰੀ ਨਹੀਂ ਹੁੰਦੀ ਉਦੋਂ ਤੱਕ ਲੋਕ ਸਭਾ ਦੀ ਕਾਰਵਾਈ ਵਿੱਚ ਹਿੱਸਾ ਨਾ ਲੈਣ। The unanimous view among members of the committee was that for doing justice to the remit of the committee, they need some more time
The chairperson has therefore sought extension of time for further 2 weeks. On due consideration of grounds and reasons stated, I have acceded to the request for extension of 2 weeks more time with effect from 4th August 2016. वास्तव में कुछ काम रह गया है. एक तो भगवंत मान को कमेटी ने चार बार मौका दिया था, लेकिन उनके वक्तव्य में वही कॉन्ट्राडिक्शन बरकरार है. और इसके लिए अभी कमेटी को कंक्लूजन पर आना होगा कि उसको और मौका देना या फिर सजा के बारे में फैसला करना. संगरूर तो आम आदमी पार्टी के एमपी भगवंत मान ने 21 जुलाई को घर तो पार्लियामेंट तक पहुंचने का वीडियो पोस्ट किया. सारिया पार्टिया के एमपी ने मामले को पार्लियामेंट की सुरक्षा नाल खिलवाड़ मनिया. जांच की मांग की गई. लोकसभा स्पीकर ने बीजेपी एमपी किरीट सुमैया की अगुवाई के 9 मैंबरी जांच कमेटी का गठन किया. भगवंत मान ने कमेटी को 2 पत्र लिखे सन और 2 बार पेश भी हुए सन. भगवंत मान ने मांग की थी कि जांच का दायरा बढ़ा के पठानकोट एयरबेस विच पाकिस्तान की जांच कमेटी को भेजण की भी जांच होनी चाहिए है. कमेटी के ज्यादातर मैंबर भगवंत मान के जवाबों तो संतुष्ट नहीं सन. ब्यूरो रिपोर्ट जी मीडिया. एम पी भगवंत मान दियां मुश्किलां घट नहीं हो रही ने. 3 एम पी भगवंत मान नूं डी एडिक्शन सेंटर भेजण की मांग कर चुके ने. ते उधर पंजाब दे उप मुख्यमंत्री सुखबीर सिंह बादल ने भी इस मसले ते तंज कसिया. भगवंत मान नूं डी एडिक्शन सेंटर भेजण ते उतारू अकाली बीजेपी पिछे हटण नूं राजी नहीं ने. मंगलवार नूं 3 एम पीज ने लोकसभा स्पीकर तों मांग कीती सी कि भगवंत मान नूं नशा मुक्ति केंद्र भेजा जाए, पर इस मसले ते केंद्रीय मंत्री विजय सांपला एक कदम होर अगे वध गए ने. उन्होंने चंडीगढ़ विच कहा कि इस नाल जुड़े मामले उन्होंने मंत्रालय के अधीन आते हैं और उप भगवंत मान के इलाज के लिए फंड मुहैया करवाने तैयार ने. उधर जलालाबाद विच उप मुख्यमंत्री सुखबीर सिंह बादल भी सांपला के सुर विच सुर मिलाउंदे नजर आए. नशे सारे जरा महकमा देखता है, चाहे वह अल्जाइमर डिमेंशिया के पेशेंट नूं हेल्थ मिनिस्ट्री देखती है, पर वो दिली फंडिंग जी असी करते हैं. इस करके मैं क्या वह इलाज फ्री करा. एम पी है तो जे डिटेक्शन सेंटर कोई चीज़ की लड़ है अभी जरूर करा. एम पी है तो जे डिटेक्शन सेंटर कोई चीज़ की लड़ है अभी जरूर करा. आम आदमी पार्टी ने इस नूं अकाली बीजेपी की बौखलाहट करार दिता ते कहा कि 2017 के विधानसभा चोणां विच पंजाब की जनता बेबुनियाद इल्जामां का जवाब देवेगी. ਹੋਰ ਇਹਨਾਂ ਕੋਈ ਗੱਲ ਹੈ ਨਹੀਂ, ਕਿਉਂਕਿ ਆਮ ਆਦਮੀ ਪਾਰਟੀ ਦਿੱਲੀ 'ਚ ਬਹੁਤ ਇਮਾਨਦਾਰੀ ਨਾਲ ਬਹੁਤ ਉੱਥੇ ਡਿਵੈਲਪਮੈਂਟ ਕਰ ਰਹੀ ਹੈ, ਪ੍ਰੋਗਰੈਸ ਕਰ ਰਹੀ ਹੈ. ਸੋ ਇਸ ਤਰ੍ਹਾਂ ਦੇ ਬੇਬੁਨਿਆਦ ਇਹ ਗੱਲਾਂ ਇਹ ਕਰ ਰਹੇ ਹੈਗੇ ਆ, ਪਰ ਪੰਜਾਬ ਦੇ ਲੋਕ ਦੇਖ ਰਹੇ ਆ ਅਤੇ 2017 ਦੇ ਵਿੱਚ ਪੰਜਾਬ ਦੇ ਲੋਕ ਇਹਨਾਂ ਗੱਲਾਂ ਦਾ ਜਵਾਬ ਦੇਣਗੇ. ਇਸ ਮਸਲੇ 'ਤੇ ਭਗਵੰਤ ਮਾਨ ਵੀ ਕਹਿ ਚੁੱਕੇ ਨੇ ਕਿ ਵਿਰੋਧੀਆਂ ਨੂੰ ਜਨਤਾ ਜਵਾਬ ਦੇਵੇਗੀ. ਹਾਲਾਂਕਿ ਵਿਰੋਧੀ ਸਿਆਸੀ ਦਲ ਭਗਵੰਤ ਮਾਨ 'ਤੇ ਨਿਸ਼ਾਨਾ ਲਗਾਉਣ ਦਾ ਕੋਈ ਮੌਕਾ ਨਹੀਂ ਛੱਡਣਾ ਚਾਹੁੰਦੇ. ਚੰਡੀਗੜ੍ਹ ਤੋਂ ਜਗਤਾਰ ਭੁੱਲਰ ਦੇ ਨਾਲ ਪੁਨੀਤ ਪਰਿੰਜਾ, ਜ਼ੀ ਮੀਡੀਆ. 15 अगस्त यानी कि आज़ादी दिहाड़ा नेड़े है. अजिहे विच देश भर में प्रोग्राम और योजनावां की तैयारी शुरू कर दी गई है. उत्थे ही पंजाब बीजेपी ने भी इस मौके पर तिरंगा यात्रा शुरू करने का ऐलान किया. केंद्रीय मंत्री अते पंजाब बीजेपी के प्रधान विजय सांपला ने ऐलान किया है कि आज़ादी की 70वीं सालगिरह मौके बीजेपी वालों 8 अगस्त तो लैके 23 अगस्त तक तिरंगा यात्रा प्रबंधित की जा रही है. उस दिन असी सब सारी जगह देते कि ना कि संबोलिक रूप से करेंगे, पर मूल रूप से 15 अगस्त तो बाद मान लो 16 अगस्त कह 15 अगस्त तो 23 अगस्त तक जिहड़ा का एक कार्यक्रम उलीकेंगे. शहीदां दीआं जिहड़े उन्हां दीआं जन्म स्थलियां, उन्हां दी शहीदी स्थली, उन्हां दी सारियां जगह पर जावांगे. भी तिरंगा यात्रा के नाँ के उत्ते ये असी कीता है. नाल ही उन्होंने कहा कि 18 अगस्त को रखड़ी दे दिहाड़े बीजेपी महिला मोर्चा दी वर्कर देश की सरहद से जाके वीर जवानों नू रखड़ी बनन गया. और 18 तरीक नू जिहड़ा रखड़ी का दिन है और महिला मोर्चा जिहड़ा बॉर्डर के उत्ते जाके फौजी भरावां नू रखड़ी बन के उन्होंने उत्साहित करके आएगी. और एक देश प्रेम के नाल जोड़न का एक आह्वान जिहड़ा है वह भारतीय जनता पार्टी जिहड़ी उह करन जा रही है. उत्थे दूजे पासे अकाली दल दे सीनियर आगू सिकंदर सिंह मलूका ने कांग्रेस नूं निशाने ते लिया है. उन्होंने कांग्रेस दे झंडे दे रंगां नूं लै के सवाल खड़े करदे हुए उस नूं बदलन दी मंग कीती है.
कि कांग्रेस ने एक बहुत वड्डी गलती की है कि देश के झंडे ना मिलता जुलता झंडा ले लिया। बहुते लोगों को फर्क ही नहीं पता लगता कि झंडा कांग्रेस पार्टी का कि साढ़े देश का, इस करके फर्क आता है। कांग्रेस को अपना झंडा बदल लेना चाहिए, देश का झंडा देश का ही झंडा रहना चाहिए ताकि सारे लोग सत्कार कर, किसी भरम भुलेखे ना पैन। आजादी दिहाड़े के नज़दीक आंदे आंदे जिथे देश की फिजा देश भगती के जज्बे नाल सराबोर हो रही है, उसे सियासी गलियारों में सियासत का दौर जारी है जिथे हर रोज़ एक नवा बयान हलचल पैदा कर देता है। जगतार भुल्लर, जी मीडिया, चंडीगढ़। तो हुण चंडीगढ़ तो आम लोगों लई काम की खबर। इंडिगो एयरलाइंस ने अधिकारिक तौर पर पंजाब हरियाणा हाईकोर्ट एफीडेविट दे दिता है कि 26 सितंबर तो वह चंडीगढ़ तो दुबई लई अपनी पहली कौमांतरी उड़ान शुरू कर जा रहे हैं। उधर एयर इंडिया ने भी कौमांतरी उड़ाना शुरू करने लई हामी भर दिती है। 1400 करोड़ की लागत नाल तैयार चंडीगढ़ के कौमांतरी हवाई अड्डे तो हुण सितंबर तो कौमांतरी उड़ाना शुरू हो जाएगी। इंडिगो ने पंजाब हरियाणा हाईकोर्ट में अधिकारिक तौर पर हलफनामा दे दिता है कि वह 26 सितंबर को पहली चंडीगढ़ दुबई विचाले कौमांतरी उड़ान शुरू करेंगे। बार बार कहा जा रहा था कि चंडीगढ़ इंटरनेशनल एयरपोर्ट कमर्शियली वायबल नहीं है, तो ये अखबारों के सूत्रों से और ट्रैवल एजेंट्स के सूत्रों से पता लगा कि काफ़ी ज़्यादा हैवी बुकिंग रही इंडिगो की फ़्लाइट की, तो ये एक जो एक कैमोफ्लाज दिया गया था कोर्ट को कि ये कमर्शियली वायबल इंटरनेशनल एयरपोर्ट नहीं है, वो आज एक सच्चाई सामने आई कि ये काफी कमर्शियली वायबल एयरपोर्ट है। उधर अदालत ने एयर इंडिया को हदायत दी है कि वो भी जल्दी कौमांतरी उड़ाना का शेड्यूल दसन। एयर इंडिया ने भी कौमांतरी उड़ाना के नाल कोम्बो फ्लाइट शुरू करने की हामी भर दी है। नवंबर के महीने में एयर इंडिया कौमांतरी फ्लाइट शुरू कर देगा। और इंडिगो ने जैसे अपनी पहल करी है फ्लाइट चलाने में, तो कोर्ट का ये मानना था कि एयर इंडिया जो आपकी नेशनल कैरियर है तो उसको भी एक इनिशिएटिव लेना चाहिए चंडीगढ़ में फ़्लाइट्स चलाने का इंटरनेशनल। और उन्होंने एक और प्रपोजल भी दिया है, वो जो कॉम्बो फ्लाइट्स का है जो चंडीगढ़ से चलेगी, जिसमें इमिग्रेशन चंडीगढ़ से हो जाएगी और उसके बाद कनेक्टिंग फ्लाइट दिल्ली से ऑल ओवर द वर्ल्ड जा सकी। उधर पंजाब हरियाणा हाईकोर्ट ने सिविल एविएशन सकत्तर DGCA दी DG अते रक्षा महकमे नूं हदायतां दित्तियां ने कि वो एक उच्च पद्धरी मीटिंग बुलाउण अते चंडीगढ़ एयरपोर्ट ते आ रहीआं परेशानियां नूं दूर कीता जा सके। अगली डेट जो है 1 सितंबर की हाईकोर्ट ने रखी है कि इस मीटिंग में आगे फ्यूचरिस्टिक प्लान के लिए क्या ऑपरेशंस होंगे और कैसे प्लान किया जाएगा, सो दैट एटलीस्ट फ्यूचर में ये जो प्रॉब्लम्स अभी चंडीगढ़ एयरपोर्ट को आ रही हैं ये आगे से ना आए। 2015 में प्रधानमंत्री नरेंद्र मोदी ने चंडीगढ़ के एयरपोर्ट का उद्घाटन किया सी, उदो तो ही एयरपोर्ट अपनी पहली कौमांतरी उड़ान लिए तरस रहा। पार्लियामेंट में भी कई बार मुद्दा उठाया पर पंजाब हरियाणा हाईकोर्ट की सख्ती तो बाद हुण 26 सितंबर को इंडिगो चंडीगढ़ तो पहली कौमांतरी उड़ान शुरू करन जा रहा है। नेहा शर्मा दे नाल न्यूज़ डेस्क रिपोर्ट, जी मीडिया, चंडीगढ़। हरियाणा तो राज्यसभा दे लई चुने गए डॉक्टर सुभाष चंद्रा ने राज्यसभा की मैंबरशिप की सहुं लै ली है। डॉक्टर चंद्रा के मुताबिक वह अपनी जिंदगी का एक नवा अध्याय शुरू करन जा रहे हैं। बतौर आजाद उम्मीदवार इतिहासक जित दर्ज करने वाले डॉक्टर सुभाष चंद्रा ने राज्यसभा की मैंबरशिप की सहुं ली। राज्यसभा के उप सभापति PJ कुरियन ने सदन की बैठक शुरू होने तो पहला डॉक्टर सुभाष चंद्रा नूं उच्च सदन की मैंबरशिप की सहुं चुकाई। डॉक्टर सुभाष चंद्रा राज्यसभा का सदस्य निर्वाचित हुआ हूँ, ईश्वर की शपथ लेता हूँ कि मैं विधि द्वारा स्थापित भारत के संविधान के प्रति सच्ची श्रद्धा और निष्ठा रखूंगा। मैं भारत की प्रभुता और अखंडता अक्षुण रखूंगा तथा जिस पद को मैं ग्रहण करने वाला हूं उसके कर्तव्यों का श्रद्धापूर्वक निर्वाहन करूंगा। राज्यसभा की मैंबरशिप की सहुं चुकण तो बाद डॉक्टर सुभाष चंद्रा ने कहा कि वह अपनी जिंदगी का एक नवा अध्याय शुरू करन जा रहे हैं अते वह काफ़ी कुछ सीखणगे ते बहुत जल्दी सीखणगे। एक प्रकार से एक नया अध्याय अपने जीवन का शुरू कर रहा हूँ। इसमें मुझे बहुत कुछ सीखना भी है, समझना भी है और उसके अनुसार काम करना, तो मुझे उम्मीद है कि मैं इसमें सीखूंगा और जल्द सीखूंगा, कुछ ज़्यादा समय नहीं लूंगा मैं सीखने में। गौरतलब है कि 11 जून हरियाणा में राज्यसभा दी दो सीटों के लिए चोन हुई सी। दूजी सीट पर डॉक्टर सुभाष चंद्रा ने बतौर आजाद उम्मीदवार इतिहासक जित हासिल करते हुए इनैलो और कांग्रेस हमायती उम्मीदवार RK आनंद को करारी शिकस्त दी सी। हालांकि डॉक्टर सुभाष चंद्रा की जित को विरोधी पचा नहीं सके।
ਹੁਣ ਡਾਕਟਰ ਸੁਭਾਸ਼ ਚੰਦਰਾ ਨੇ ਸਾਂਸਦ ਦੇ ਤੌਰ ਤੇ ਸਹੁੰ ਚੁੱਕ ਲਈ ਹੈ ਅਤੇ ਉਹ ਹਰਿਆਣਾ ਅਤੇ ਦੇਸ਼ ਦੀ ਤਰੱਕੀ ਦੇ ਲਈ ਆਪਣੀ ਵਚਨਬੱਧਤਾ ਜ਼ਾਹਰ ਕਰ ਰਹੇ ਨੇ। ਨਿਊਜ਼ ਡੈਸਕ ਰਿਪੋਰਟ, ਜ਼ੀ ਮੀਡੀਆ। ਤੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦੇ ਲਈ ਡਾਕਟਰ ਸੁਭਾਸ਼ ਚੰਦਰਾ ਦੇ ਪਿਤਾ, ਪਤਨੀ ਅਤੇ ਭਰਾ ਸਮੇਤ ਪਰਿਵਾਰ ਦੇ ਕਈ ਮੈਂਬਰ ਸੰਸਦ ਵਿੱਚ ਪਹੁੰਚੇ ਸਨ। ਡਾਕਟਰ ਸੁਭਾਸ਼ ਚੰਦਰਾ ਦੇ ਪਰਿਵਾਰ ਨੇ ਉਮੀਦ ਜਤਾਈ ਕਿ ਉਹ ਰਾਜ ਸਭਾ ਸਾਂਸਦ ਦੇ ਤੌਰ ਤੇ ਆਪਣੀ ਨਵੀਂ ਭੂਮਿਕਾ ਵਿੱਚ ਖਰੇ ਉਤਰਨਗੇ। ਇਹ ਤਾਂ ਖੁਸ਼ੀ ਦਾ ਕਸ਼ਣ, ਖੁਸ਼ੀ ਦਾ ਕਸ਼ਣ ਹੀ ਹੁੰਦਾ ਹੈ ਔਰ ਇਸੇ ਬਹੁਤ ਉਮੀਦਾਂ ਹੋਤੀ ਹੈ। ਤਾਂ ਯਹੀ ਕਹਤੀ ਜੋ ਸ਼ਪਥ ਲਈ ਹੈ ਉਸਕੇ ਉੱਪਰ ਪੂਰੇ ਉਤਰੇ ਔਰ ਇਮਾਨਦਾਰੀ ਸੇ ਦੇਸ਼ ਕੀ ਸੇਵਾ ਕਰੇ ਔਰ ਦੇਸ਼ ਕੇ ਕਾਰਯ ਕਰਨੇ ਕੇ ਲੀਏ ਉਨ੍ਹੋਂਨੇ ਯੇ ਜੋ ਚੁਣਾਵ ਜੀਤਾ ਔਰ ਰਾਜ ਸਭਾ ਮੇਂ ਆਏ ਇਸਸੇ ਬੜੀ ਖੁਸ਼ੀ ਕੀ ਕੋਈ ਬਾਤ ਨਹੀਂ ਹੈ। ਡਾਕਟਰ ਸੁਭਾਸ਼ ਚੰਦਰਾ ਹਰਿਆਣਾ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਰਾਜ ਸਭਾ ਦੇ ਲਈ ਚੁਣੇ ਗਏ ਨੇ। ਡਾਕਟਰ ਸੁਭਾਸ਼ ਚੰਦਰਾ ਦਾ ਮੁਕਾਬਲਾ ਆਜ਼ਾਦ ਉਮੀਦਵਾਰ ਆਰ ਕੇ ਆਨੰਦ ਦੇ ਨਾਲ ਸੀ। ਆਨੰਦ ਨੂੰ INLD ਅਤੇ ਕਾਂਗਰਸ ਦੀ ਹਮਾਇਤ ਮਿਲੀ ਸੀ। ਚੋਣਾਂ ਵਿੱਚ ਡਾਕਟਰ ਸੁਭਾਸ਼ ਚੰਦਰਾ ਨੂੰ ਕੁੱਲ 29 ਵੋਟਾਂ ਮਿਲੀਆਂ ਸਨ, ਜਿਸ ਦੇ ਨਾਲ ਉਹਨਾਂ ਦੀ ਜਿੱਤ ਹੋਈ ਸੀ। ਆਰ ਕੇ ਆਨੰਦ ਨੂੰ ਸਿਰਫ 21 ਵੋਟਾਂ ਮਿਲੀਆਂ ਸਨ ਅਤੇ ਚੋਣ ਹਾਰ ਗਏ ਸਨ। ਨਿਊਜ਼ ਡੈਸਕ ਰਿਪੋਰਟ, ਜ਼ੀ। ਰਾਜ ਸਭਾ ਮੈਂਬਰ ਦੇ ਤੌਰ ਤੇ ਡਾਕਟਰ ਸੁਭਾਸ਼ ਚੰਦਰਾ ਦੇ ਸਹੁੰ ਚੁੱਕ ਸਮਾਗਮ ਦੌਰਾਨ ਰਾਜ ਸਭਾ ਵਿੱਚ ਉਹਨਾਂ ਦਾ ਪਰਿਵਾਰ ਤਾਂ ਮੌਜੂਦ ਸੀ ਹੀ, ਨਾਲ ਹੀ ਹਿਸਾਰ ਤੋਂ ਆਈਆਂ 5 ਬੇਟੀਆਂ ਵੀ ਰਾਜ ਸਭਾ ਵਿੱਚ ਮੌਜੂਦ ਰਹੀਆਂ। ਡਾਕਟਰ ਸੁਭਾਸ਼ ਚੰਦਰਾ ਦੇ ਸਹੁੰ ਚੁੱਕ ਸਮਾਗਮ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਨਾਲ ਨਾਲ ਹਿਸਾਰ ਤੋਂ ਖਾਸ ਤੌਰ ਤੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਈਆਂ ਹਿਸਾਰ ਦੀਆਂ 5 ਬੇਟੀਆਂ ਵੀ ਮੌਜੂਦ ਰਹੀਆਂ। ਹਿਸਾਰ ਦੀਆਂ 5 ਬੇਟੀਆਂ ਨੇ ਰਾਜ ਸਭਾ ਦੀ ਕਾਰਵਾਈ ਨੂੰ ਵੇਖਿਆ, ਰਾਜ ਸਭਾ ਨੂੰ ਦੇਖਿਆ ਅਤੇ ਡਾਕਟਰ ਸੁਭਾਸ਼ ਚੰਦਰਾ ਦੇ ਸਹੁੰ ਚੁੱਕ ਸਮਾਗਮ ਨੂੰ ਵੀ ਵੇਖਿਆ ਤਾਂ ਉਹਨਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਜੀ ਹਮ ਬਹੁਤ ਐਕਸਾਈਟਿਡ ਥੇ, ਡਾਕਟਰ ਸੁਭਾਸ਼ ਚੰਦਰ ਜੀ ਨੇ ਹਮਕੋ ਇਤਨਾ ਬੜਾ ਚਾਂਸ ਦਿਆ ਕਿ 5 ਲੜਕੀਓ ਕੇ ਹਿਸਾਰ ਸੇ ਚੁਣਾ ਕਿ ਹਮ ਉਨਕੇ ਸ਼ਪਥ ਗ੍ਰਹਿਣ ਸਮਾਰੋਹ ਮੇਂ ਆ ਪਾਏ। ਜ਼ਿਆਦਾ ਅੱਛਾ ਲਗਾ ਔਰ ਐਕਸਾਈਟਿਡ ਵੀ ਥੇ ਇਸਸੇ ਪਹਿਲੇ ਕਿ ਕੈਸਾ ਹੋਤਾ ਹੈ, ਫਸਟ ਟਾਈਮ ਜੋ ਚੀਜ਼ TV ਪੇ ਦੇਖਤੇ ਥੇ ਵੋ ਆਜ ਰੀਅਲ ਮੇਂ ਦੇਖਾ। ਬਾਰ ਆਈ ਹੂੰ ਮੈਂ ਤੋ ਮੁਝੇ ਬਹੁਤ ਅੱਛਾ ਫੀਲ ਹੋ ਰਿਹਾ ਕਿ ਡਾਕਟਰ ਸੁਭਾਸ਼ ਚੰਦਰਾ ਨੇ ਹਮੇਂ ਇਤਨੀ ਬੜੀ ਅਪਰਚੁਨਿਟੀ ਦੀ ਹੈ। ਬੇਟੀਆਂ ਨੂੰ ਪ੍ਰੋਤਸਾਹਿਤ ਕਰਨ, ਨੌਜਵਾਨਾਂ ਨੂੰ ਰਾਜ ਸਭਾ ਦੇ ਦੀਦਾਰ ਕਰਵਾਉਣ ਦੇ ਲਈ ਹਰ ਵਰਗ ਡਾਕਟਰ ਸੁਭਾਸ਼ ਚੰਦਰਾ ਦੇ ਇਸ ਕਦਮ ਦੀ ਸ਼ਲਾਘਾ ਕਰ ਰਿਹਾ ਹੈ। ਜ਼ਿਕਰੇ ਖਾਸ ਹੈ ਕਿ ਰਾਜ ਸਭਾ ਮੈਂਬਰ ਡਾਕਟਰ ਸੁਭਾਸ਼ ਚੰਦਰਾ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ਦੇ ਲਈ ਹਿਸਾਰ ਤੋਂ 5 ਬੇਟੀਆਂ ਦੀ ਚੋਣ ਕੀਤੀ ਗਈ। ਇਹਨਾਂ ਬੇਟੀਆਂ ਦੀ ਚੋਣ ਇੱਕ ਪ੍ਰਤੀਯੋਗਿਤਾ ਦੇ ਜ਼ਰੀਏ ਹੋਈ ਸੀ ਅਤੇ ਡਾਕਟਰ ਸੁਭਾਸ਼ ਚੰਦਰਾ ਦੀ ਭੈਣ ਨੇ ਇਹਨਾਂ ਬੇਟੀਆਂ ਨੂੰ ਦਿੱਲੀ ਆਉਣ ਤੋਂ ਪਹਿਲਾਂ ਸਨਮਾਨਿਤ ਵੀ ਕੀਤਾ ਸੀ। ਬਿਊਰੋ ਰਿਪੋਰਟ, ਜ਼ੀ ਮੀਡੀਆ। ਹੁਣ ਖਬਰ ਹਿਸਾਰ ਦੀ ਹੈ। ਹਿਸਾਰ ਦੇ ਖਰੜ ਅਲੀਪੁਰ ਪਿੰਡ ਦੇ ਦਲਿਤ ਵਿਵਾਦ ਨੂੰ ਸੌਹਾਰਦਪੂਰਨ ਤਰੀਕੇ ਨਾਲ ਸੁਲਝਾ ਲਿਆ ਗਿਆ। ਪਿੰਡ ਦੀ ਪੰਚਾਇਤ ਨੇ ਦੋਵੇਂ ਪੱਖਾਂ ਦੇ ਵਿਚਾਲੇ ਆਪਸੀ ਗੱਲਬਾਤ ਨਾਲ ਸਮਝੌਤਾ ਕਰਾ ਦਿੱਤਾ, ਜਿਸ ਤੋਂ ਬਾਅਦ ਹੁਣ ਮੰਦਿਰ ਵਿੱਚ ਦਲਿਤਾਂ ਦੀ ਐਂਟਰੀ 'ਤੇ ਕੋਈ ਪਾਬੰਦੀ ਨਹੀਂ ਹੋਏਗੀ। ਹਿਸਾਰ ਦੇ ਖਰੜ ਅਲੀਪੁਰ ਪਿੰਡ ਦੀ ਪੰਚਾਇਤ ਬੁੱਧਵਾਰ ਨੂੰ ਸਦਰ ਥਾਣੇ ਪਹੁੰਚੀ। ਪੰਚਾਇਤ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਸ਼ਿਵਰਾਤਰੀ ਦੇ ਦਿਹਾੜੇ ਹੋਏ ਵਿਵਾਦ ਨੂੰ ਪੰਚਾਇਤ ਨੇ ਆਪਸੀ ਗੱਲਬਾਤ ਦੇ ਜ਼ਰੀਏ ਸੁਲਝਾ ਲਿਆ ਹੈ। ਜਿਸ ਗਾਂਵ ਕੇ ਮੌਜੂਦ ਲੋਕੋ ਕੇ ਬੀਚ ਮੇਂ ਬਾਤ ਆਈ ਤੋ ਸਭੀ 36 ਬਰਾਦਰੀ ਕੇ ਲੋਕ ਯਹਾਂ ਬੈਠੇ ਹੋਏ ਆਪਕੇ ਸਾਹਮਣੇ ਹਾਜ਼ਰ ਹੈ ਔਰ ਵਹੀ ਭਾਈਚਾਰਾ ਉਸ ਦਿਨ ਥਾ ਰੋ ਆਜ ਹੈ। ਕਿਸੀ ਪ੍ਰਕਾਰ ਕੀ ਕੋਈ ਜਾਤੀ ਰੰਗ ਨਹੀਂ ਹੈ, ਕੋਈ ਕਿਸੀ ਕਿਸਮ ਕੀ ਪਾਬੰਦੀ ਨਹੀਂ ਹੈ, ਨਾ ਹੀ ਹਮਨੇ ਕੋਈ ਪਾਬੰਦੀ ਲਗਾਈ ਹੈ, ਨਹੀਂ ਅੱਗੇ ਕੇ ਲਈ ਲਗਾ ਰੱਖੀ ਹੈ। ਪੰਚਾਇਤ ਵਿੱਚ ਉਹ ਸ਼ਖਸ ਵੀ ਮੌਜੂਦ ਸੀ ਜਿਸ ਤੇ ਕਾਵੜ ਅਤੇ ਜਲ ਚੜਾਨ ਤੋਂ ਰੋਕਣ ਦਾ ਇਲਜ਼ਾਮ ਸੀ। ਉਸਦੇ ਪੰਚਾਇਤ ਵੱਲੋਂ ਕੀਤੇ ਗਏ ਫੈਸਲੇ ਨੂੰ ਮੰਨਣ ਤੇ ਹਾਮੀ ਭਰੀ। ਉੱਥੇ ਹੁਣ ਦਲਿਤ ਭਾਈਚਾਰੇ ਦੇ ਲੋਕ ਵੀ ਪੰਚਾਇਤ ਦੇ ਫੈਸਲੇ ਤੋਂ ਖੁਸ਼ ਨੇ। ਸ਼ਿਕਾਇਤਕਰਤਾ ਪਰਮਾਨੰਦ ਨੇ ਵੀ ਫੈਸਲੇ ਤੇ ਸੰਤੁਸ਼ਟੀ ਜਤਾਈ ਹੈ। ਅਭੀ ਇਸਕਾ ਸਮਾਧਾਨ ਹੀ ਹੋਇਆ ਹੈ ਭਾਈ, ਜੋ ਇਹ ਪੰਚਾਇਤ ਕਹੇਗੀ ਉਹ ਫੈਸਲਾ ਮੰਨ ਜਾਊਗਾ। ਨਾ ਅਬ ਕੋਈ ਵਿਵਾਦ ਨਹੀਂ ਹੈ, ਫਿਲਹਾਲ ਖੁੱਲ੍ਹੇ ਹੈ ਮੰਦਿਰ, ਕੋਈ ਰੁਕਾਵਟ ਨਹੀਂ, ਪੰਚਾਇਤ ਨੇ ਫੈਸਲਾ ਕਰ ਦਿਆ। ਹਾਂ ਕੋਈ ਮਾਰੋ ਜੀ, ਠੀਕ ਹੈ ਜੀ, ਵੀ ਬੜੀ ਸੁਲੇਚਨ ਕਰੀਏ ਜੀ, ਵਾਹ ਵਧੀਆ ਜੀ, ਭਾਈਚਾਰਾ ਬਣਿਆ ਰਹੋ ਉਸ ਪਰ ਕੀ ਪਹੁੰਚੇ ਹੁਣ। ਪੁਲਿਸ ਦਾ ਕਹਿਣਾ ਹੈ ਕਿ ਵਿਵਾਦ ਦਾ ਹੱਲ ਪੰਚਾਇਤ ਨੇ ਆਪਣੇ ਪੱਧਰ ਤੇ ਕਰ ਲਿਆ ਹੈ। ਮੰਦਿਰ ਦੇ ਮਹੰਤ ਰਾਜੇਸ਼ ਗਿਰੀ ਦੀ ਦਲਿਤਾਂ ਤੇ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਪੁਲਿਸ ਨੇ ਕਿਹਾ ਕਿ ਮਹੰਤ ਨੇ ਉਹਨਾਂ ਦੇ ਸਾਹਮਣੇ ਅਜਿਹੀ ਕੋਈ ਗੱਲ ਨਹੀਂ ਕੀਤੀ। ਐਸੇ ਹਮ ਮੰਤ ਜੀ ਸੇ ਮਿਲੇ ਥੇ ਔਰ ਮੰਤ ਜੀ ਵਹਾਂ ਬੈਠੇ ਥੇ, ਮੰਤ ਜੀ ਨੇ ਹਮਾਰੇ ਸਾਹਮਣੇ ਕੋਈ ਐਸੀ ਬਾਤ ਨਹੀਂ ਕਰੀ। ਉਸਨੇ ਇਹ ਕਿਹਾ ਕਿ ਮੈਂ ਜੋ ਮੰਦਿਰ ਮੈਂ ਆਤੇ ਹੈ ਮੈਂ ਕਿਸੀ ਕੀ ਜਾਤੀ ਨਹੀਂ ਪੁੱਛਦਾ ਔਰ ਕੋਈ ਵੀ ਆ ਸਕਤਾ ਹੈ। ਪੰਚਾਇਤ ਨੇ ਭਰੋਸਾ ਦਿੱਤਾ ਹੈ ਕਿ ਪਿੰਡ ਦਾ ਭਾਈਚਾਰਾ ਪਹਿਲੇ ਦੀ ਤਰ੍ਹਾਂ ਬਣਿਆ ਰਹੇਗਾ। ਮੰਦਿਰ ਵਿੱਚ ਜਾਣ ਨੂੰ ਲੈ ਕੇ ਜਾਂ ਕਿਸੇ ਹੋਰ ਮਸਲੇ 'ਤੇ
ਦਲਿਤਾਂ ਨਾਲ ਕਿਸੇ ਤਰੀਕੇ ਦਾ ਕੋਈ ਵਿਤਕਰਾ ਨਹੀਂ ਹੋਣ ਦਿੱਤਾ ਜਾਏਗਾ। ਕੈਮਰਾਮੈਨ ਰਾਜਿੰਦਰ ਦੇ ਨਾਲ ਮਹਿੰਦਰ ਸਿੰਘ, ਜ਼ੀ ਮੀਡੀਆ, ਹਿਸਾਰ। ਚਲੋ ਉਮੀਦ ਕਰਦੇ ਹਾਂ ਕਿ ਹਰ ਜਗ੍ਹਾ ਇਸੇ ਤਰ੍ਹਾਂ ਭਾਈਚਾਰਾ ਜਿਹੜਾ ਬਣਿਆ ਰਹੇ। ਅੱਗੇ ਵੱਧਦੇ ਹਾਂ, ਹੁਣ ਤੁਹਾਨੂੰ ਇੱਕ ਮੁਸ਼ਕਿਲ ਦਿਖਾਉਂਦੇ ਹਾਂ ਵਿਦਿਆਰਥੀਆਂ ਦੀ। ਕੀ ਤੁਸੀਂ ਕਦੇ ਇਹ ਦੇਖਿਆ ਜਾਂ ਸੁਣਿਆ ਕਿ ਵਿੱਦਿਆ ਵਰਗੀ ਮੁੱਢਲੀ ਸਹੂਲਤ ਹਾਸਲ ਕਰਨ ਦੇ ਲਈ ਬੱਚਿਆਂ ਨੂੰ ਜਾਨ ਜੋਖਮ 'ਚ ਪਾਉਣੀ ਪੈਂਦੀ ਹੈ? ਇਹ ਹਕੀਕਤ ਕਿਸੇ ਪਿਛੜੇ ਹੋਏ ਸੂਬੇ ਦੀ ਨਹੀਂ, ਸਗੋਂ ਲਗਾਤਾਰ ਤਰੱਕੀ ਦੇ ਰਾਹ 'ਤੇ ਅੱਗੇ ਵੱਧ ਰਹੇ ਹਰਿਆਣਾ ਦੇ ਕਈ ਇਲਾਕਿਆਂ ਦੀ ਹੈ। ਤਸਵੀਰਾਂ ਪੰਚਕੂਲਾ ਦੇ ਮੋਰਨੀ ਇਲਾਕੇ ਦੀਆਂ ਨੇ, ਜਿੱਥੇ ਸਕੂਲ ਪਹੁੰਚਣ ਦੇ ਲਈ ਮਾਸੂਮ ਬੱਚੇ ਜਾਨ ਹਥੇਲੀ 'ਤੇ ਰੱਖ ਕੇ ਛੱਲਾ ਮਾਰਦੇ ਨਦੀ ਨਾਲਿਆਂ ਨੂੰ ਪਾਰ ਕਰਨ 'ਤੇ ਮਜਬੂਰ ਨੇ। ਸਕੂਲ ਜਾਣ ਦੇ ਲਈ ਬੱਚਿਆਂ ਨੂੰ ਰੋਜ਼ਾਨਾ ਜਾਨ ਦਾਅ 'ਤੇ ਲਾਉਣੀ ਪੈਂਦੀ ਹੈ। ਮੋਰਨੀ ਖੇਤਰ ਦੇ 200 ਤੋਂ ਜ਼ਿਆਦਾ ਬੱਚੇ ਕੋਟੀ ਪਿੰਡ ਦੇ ਸਰਕਾਰੀ ਸਕੂਲ ਪਹੁੰਚਦੇ ਨੇ। ਇਹ ਇਕੱਲਾ ਸਕੂਲ ਹੈ ਜੋ ਇਸ ਇਲਾਕੇ ਦੇ 60 ਪਿੰਡਾਂ ਦੇ ਬੱਚਿਆਂ ਦੇ ਲਈ ਸਿੱਖਿਆ ਦਾ ਕੇਂਦਰ ਹੈ। ਜਬ ਨਦੀਆਂ ਤੀਆਂ ਹਮਾਰੇ ਸਕੂਲ ਕੇ 4-5 ਦਿਨ ਖਰਾਬ ਹੋ ਜਾਤੇ ਹੈ, ਔਰ ਐਸੇ ਹੀ ਅਗਰ ਐਸੇ ਹੀ ਰਹਾ ਫਿਰ ਹਮ ਸਕੂਲ ਕੈਸੇ ਪੜ੍ਹ ਪਾਏਂਗੇ ਔਰ ਕੈਸੇ ਅੱਗੇ ਬੜ੍ਹ ਪਾਏਂਗੇ? ਔਰ ਅਗਰ ਅਗਰ ਪੁਲ ਨਹੀਂ ਲਗਾ ਫਿਰ ਕਿਆ ਪਤਾ ਇਸ ਨਦੀ ਮੇ ਏਕ ਦੋ ਬਹਿ ਵੀ ਜਾਏ। ਔਰ 89 ਸੇ ਲਗਾਤਾਰ ਇਸੀ ਪ੍ਰਕਾਰ ਨਦੀ ਨਿਕਲ ਰਹਾ ਹੂੰ ਜੀ, ਇਹ ਬਹੁਤ ਜ਼ਿਆਦਾ ਖਤਰਨਾਕ ਹੈ ਜੀ, ਕਿਉਂਕਿ ਯਹਾਂ ਸੇ ਪਿੱਛੇ ਕਮ ਸੇ ਕਮ 20 ਕਿਲੋਮੀਟਰ 30 ਕਿਲੋਮੀਟਰ ਸੇ ਪਾਣੀ ਆਤਾ ਹੈ ਜੀ ਇਸਮੇ, ਔਰ ਇਹ ਦੋ ਤਿੰਨ ਨਦੀਆਂ ਇਕੱਠੀ ਮਿਲ ਜਾਤੀ ਹੈ। ਬਹਾ ਬਹੁਤ ਤੇਜ਼ ਹੈ, ਅਭੀ ਇਹ 4 ਮਹੀਨੇ ਐਸੇ ਹੀ ਰਹੇਗਾ, ਨਵੰਬਰ ਤੱਕ ਪਾਣੀ ਐਸਾ ਹੀ ਰਹੇਗਾ ਇਸਮੇ ਜੀ। ਹਾਂ, ਔਰ ਬੱਚੇ ਜੋ ਹੈ ਸਕੂਲ ਨਹੀਂ ਜਾ ਪਾਤੇ ਇਸ ਕੰਡੀਸ਼ਨ ਮੇਂ ਜੀ। ਨਹੀਂ ਔਰ ਕੋਈ ਰਾਸਤਾ ਨਹੀਂ ਹੈ ਜੀ, ਇਸ ਰੂਟ ਪੇ ਆਨੇ ਕੇ ਲੀਏ ਹਮੇ ਇਸ ਰਾਸਤੇ ਮੇਂ ਜਾਣੇ ਕੇ ਲੀਏ ਕੋਈ ਔਰ ਰਾਸਤਾ ਨਹੀਂ। ਜੋ ਹਮਾਰੇ ਸਕੂਲ ਮੇਂ ਸੀਨੀਅਰ ਸੈਕੰਡਰੀ ਸਕੂਲ ਕੋਟੀ ਮੇਂ ਹੈ, ਲਗਭਗ 150 ਬੱਚਾ ਕਾ ਕਰੀਬ ਹੈ ਜੀ, ਜੋ ਇਧਰ ਸੇ ਗ੍ਰਾਮ ਪੰਚਾਇਤ ਭੋਜਕੋਟੀ ਔਰ ਰਾਜੀ ਟਿਕਰੀ ਸੇ ਆਤੇ ਹੈ ਜੀ। ਉਧਰ ਜ਼ੀ ਮੀਡੀਆ ਨੇ ਜਦੋਂ ਮਾਮਲੇ ਨੂੰ ਸਰਕਾਰ ਦੇ ਨੋਟਿਸ 'ਚ ਲਿਆਂਦਾ ਤਾਂ ਸੰਬੰਧਿਤ ਅਫਸਰਾਂ ਨੂੰ ਤੁਰੰਤ ਸਥਿਤੀ ਦਾ ਜਾਇਜ਼ਾ ਲੈਣ ਦੇ ਹੁਕਮ ਦਿੱਤੇ ਗਏ। ਮੈਂ ਆਜ ਹੀ ਨਿਰਦੇਸ਼ ਦੂੰਗਾ ਕਿ ਇਸਕੋ ਜਾਂਚ ਕਰੀ ਜਾਏ, ਜਲਦੀ ਸੇ ਜਲਦੀ ਜਹਾਂ ਤੱਕ ਬਣ ਸਕਤਾ ਇਸਕਾ ਫੁੱਟ ਓਵਰ ਬ੍ਰਿਜ ਬਣੇ ਜਾਂ ਕੋਈ ਵੀ ਪੁਲ ਬਣ ਸਕੇ। ਉਮੀਦ ਹੈ ਕਿ ਮੰਤਰੀ ਜੀ ਦੇ ਨੋਟਿਸ 'ਚ ਮਾਮਲਾ ਆਉਣ ਤੋਂ ਬਾਅਦ ਇਸ ਇਲਾਕੇ ਦੇ ਬੱਚਿਆਂ ਦੀ ਮੁਸ਼ਕਿਲ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇਗਾ। ਦੀਵਾਨ, ਜ਼ੀ ਮੀਡੀਆ, ਪੰਚਕੂਲਾ।